रोहित जी किस तरीके नाल देख रहे हो हुन, जिस तरीके नाल अमरिंदर सिंह राजावड़िंग ने भी कहा कि एकजुट होके सड़कां ते उतरेगी हुन कौम। बिल्कुल, सड़कां ते असीं 1.5 साल तो हैं, पंजाब दे हर उस मसले नूं चक रहे हैं जिहड़े पंजाब दे लोकां तक पहुंचाउणा है। और इस पंजाब सरकार की जो कारगुजारी है, जो उन्हां दीआं कमियां ने, उन्हां नूं उजागर करना ओपोजिशन का कम है। लीडर्स से जिवें विजिलेंस की इनकुआरियां हो रही ने, जिवें परचे हो रहे ने, वह तो पता लगता भी सरकार साढ़े तो घबराई हुई है, कांग्रेस पार्टी तो घबराई हुई है। और अज भी असी DGP साहब नूं मेमोरेंडम राजा वड़िंग जी और प्रताप बाजवा जी की अगवाई से जा रहे थे, अज भी कहें कि दफा 144 ला दी। DGP साहब नूं मिलना कोई गलत गल तो नहीं है। सो असी अपनी गल रखन गए सी कि पंजाब पुलिस की कारगुजारी की है, की सोच के जदों सुप्रीम कोर्ट ने उन्हां दी समनिंग नूं कॉश करता ते पंजाब सरकार सुप्रीम कोर्ट तो उचित नहीं है। सुप्रीम कोर्ट के जो ऑर्डर्स की गल की जा रही है वो डिफरेंट हैगा ते साडा जिहड़ा केस NTPS तो रिलेटेड हैगा। सेम FIR है, सेम FIR ते कीता, फिर केस किवें डिफरेंट होया? ये दलीलों के कॉन्ट्रडिक्शन है। सो बड़ी मंदभागी गल है। उन्हां दी गलती की है कि पंजाब के मसले चक रहे ने, आ गलती है। ओपोजिशन का रोल वधिया निभा रहे ने, साडी आ गलती। और एक गल्ला ये नहीं, हर मसले ते असीं गल करांगे, जिथे पंजाब की बेहतरी है वो गल करांगे। ਤਾਫਰ ਪੰਜਾਬ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਸਾਡੇ ਨਾਲ ਇੱਥੇ ਪੰਜਾਬ ਯੂਥ ਕਾਂਗਰਸ ਤੋਂ ਮੋਹਿਤ ਮਹਿੰਦਰਾ ਜੀ ਨੇ, ਪ੍ਰਧਾਨ ਨੇ। ਮੋਹਿਤ ਜੀ, ਕਿਸ ਤਰੀਕੇ ਨਾਲ ਦੇਖ ਰਹੇ ਹੋ ਹੁਣ, ਜਿਸ ਤਰੀਕੇ ਨਾਲ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਕਿਹਾ ਕਿ ਇਕਜੁੱਟ ਹੋ ਕੇ ਸੜਕਾਂ 'ਤੇ ਉਤਰੇਗੀ ਹੁਣ ਕਾਂਗਰਸ? ਬਿਲਕੁਲ, ਸੜਕਾਂ 'ਤੇ ਅਸੀਂ 1.5 ਸਾਲ ਤੋਂ ਹੈ, ਪੰਜਾਬ ਦੇ ਹਰ ਉਸ ਮਸਲੇ ਨੂੰ ਚੱਕ ਰਹੇ ਹਾਂ ਜਿਹੜੇ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣਾ ਹੈ। ਔਰ ਇਸ ਪੰਜਾਬ ਸਰਕਾਰ ਦੀ ਜੋ ਕਾਰਗੁਜ਼ਾਰੀ ਹੈ, ਜੋ ਉਹਨਾਂ ਦੀਆਂ ਕਮੀਆਂ ਨੇ, ਉਹਨਾਂ ਨੂੰ ਉਜਾਗਰ ਕਰਨਾ ਓਪੋਜੀਸ਼ਨ ਦਾ ਕੰਮ ਹੈ। ਔਰ ਜਿਵੇਂ ਸਰਕਾਰ ਸਾਡੀ ਆਵਾਜ਼ ਨੂੰ ਦਬਾ ਰਹੀ ਹੈ, ਇਹ ਮੈਂ ਸਮਝਦਾ ਡੈਮੋਕ੍ਰੇਸੀ ਦੇ ਹਿੱਤ ਵਿੱਚ ਨਹੀਂ ਹੈ। ਸਾਡੇ ਲੀਡਰਸ 'ਤੇ ਜਿਵੇਂ ਵਿਜੀਲੈਂਸ ਦੀਆਂ ਇਨਕੁਆਇਰੀਆਂ ਹੋ ਰਹੀਆਂ ਨੇ, ਜਿਵੇਂ ਪਰਚੇ ਹੋ ਰਹੇ ਨੇ, ਉਹ ਤੋਂ ਪਤਾ ਲੱਗਦਾ ਵੀ ਸਰਕਾਰ ਸਾਡੇ ਤੋਂ ਘਬਰਾਈ ਹੋਈ ਹੈ, ਕਾਂਗਰਸ ਪਾਰਟੀ ਤੋਂ ਘਬਰਾਈ ਹੋਈ ਹੈ। ਔਰ ਇੱਦਾਂ ਦੇ ਐਕਸ਼ਨਸ ਅਸੀਂ ਪੰਜਾਬ ਯੂਥ ਕਾਂਗਰਸ ਇਸ ਗੱਲ ਦੀ ਨਿਖੇਧੀ ਕਰਦੇ। ਔਰ ਅੱਜ ਵੀ ਅਸੀਂ DGP ਸਾਹਿਬ ਨੂੰ ਮੈਮੋਰੈਂਡਮ ਰਾਜਾ ਵੜਿੰਗ ਜੀ ਔਰ ਪ੍ਰਤਾਪ ਬਾਜਵਾ ਜੀ ਦੀ ਅਗਵਾਈ 'ਚ ਅਸੀਂ ਜਾ ਰਹੇ ਸੀ, ਅੱਜ ਵੀ ਕਹਿੰਦੇ ਕਿ ਕੋਈ ਦਫਾ 144 ਲਾਤੀ। ਸੋ ਇਹ ਸਰਾਸਰ ਦਬਾਉਣ ਦੀ ਗੱਲ ਹੈ ਜਿਹੜੀ ਕਾਂਗਰਸ ਪਾਰਟੀ ਦੱਸਿਆ ਸੀਗਾ, ਕਿਉਂਕਿ ਜੇ ਪ੍ਰੋਗਰਾਮ ਹੁੰਦਾ ਉਹ ਪਹਿਲਾਂ ਤੁਸੀਂ ਦੱਸ ਦਿੰਦੇ? ਬਿਲਕੁਲ ਨਹੀਂ ਦੱਸਿਆ ਸੀਗਾ। ਔਰ ਜੇ DGP ਸਾਹਿਬ ਤੱਕ ਕੋਈ ਗੱਲ ਪਹੁੰਚਾਉਣੀ ਹੈ, MLA ਸਾਹਿਬਾਨ ਨੇ, ਲੀਡਰ ਆਫ ਓਪੋਜੀਸ਼ਨ ਹੈ, ਕੋਈ ਗਲਤ ਗੱਲ ਤਾਂ ਨਹੀਂ? PCC ਪ੍ਰੈਜ਼ੀਡੈਂਟ ਹੈ, MLAs ਹੈ, DGP ਸਾਹਿਬ ਨੂੰ ਮਿਲਣਾ ਕੋਈ ਗਲਤ ਗੱਲ ਤਾਂ ਨਹੀਂ ਹੈ? ਸੋ ਅਸੀਂ ਆਪਣੀ ਗੱਲ ਰੱਖਣ ਗਏ ਸੀ ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਕੀ ਹੈ, ਕੀ ਸੋਚ ਕੇ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਦੀ ਸਮਨਿੰਗ ਨੂੰ ਕੌਸ਼ ਕਰਤਾ ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਤੋਂ ਉੱਚੀ ਤਾਂ ਨਹੀਂ ਹੈ? ਇਸ ਚੀਜ਼ ਨੂੰ ਲੈ ਕੇ ਨਾ ਲੀਗਲੀ ਬੜੇ ਸਵਾਲ ਉਠਾਏ ਜਾ ਰਹੇ ਨੇ, ਕਿਉਂਕਿ ਉਹ ਬਾਰ ਬਾਰ ਕਹਿ ਰਹੇ ਨੇ ਕਿ ਜਿਹੜਾ ਕਾਂਗਰਸ ਦੱਸ ਰਹੀ ਹੈ ਸੁਪਰੀਮ ਕੋਰਟ ਦੇ ਜਿਹੜੇ ਆਰਡਰਸ ਦੀ ਗੱਲ ਕੀਤੀ ਜਾ ਰਹੀ ਹੈ ਉਹ ਡਿਫਰੈਂਟ ਹੈਗਾ ਤੇ ਸਾਡਾ ਜਿਹੜਾ ਕੇਸ ਉਹ NTPS ਤੋਂ ਰਿਲੇਟਡ ਹੈਗਾ। ਸੇਮ FIR ਹੈ, ਸੇਮ FIR ਤੇ ਕੀਤਾ, ਫਿਰ ਕੇਸ ਕਿਵੇਂ ਡਿਫਰੈਂਟ ਹੋਇਆ? ਇਹ ਦਲੀਲਾਂ ਦੇ ਵਿੱਚ ਕੰਟਰਡਿਕਸ਼ਨ ਹੈ। ਸੋ ਬੜੀ ਮੰਦਭਾਗੀ ਗੱਲ ਹੈ ਸਾਡੇ ਨਾਲ, ਇਹ ਜੋ ਵਤੀਰਾ ਇੱਕ ਲੀਡਿੰਗ ਓਪੋਜੀਸ਼ਨ ਪਾਰਟੀ ਨਾਲ ਹੋ ਰਿਹਾ, ਬਹੁਤ ਗਲਤ ਹੈ। ਅੱਗੇ ਕੀ ਕੁਛ ਜੋ ਹੈ ਪਲੈਨਿੰਗ ਤੁਸੀਂ ਸੋਚੀ ਹੈ, ਕੀ ਕੁਛ ਕਰੋਗੇ, ਕਿਉਂਕਿ ਇੱਥੇ ਤੱਕ ਤਾਂ ਪ੍ਰੋਟੈਸਟ ਕੀਤਾ ਹੈ, ਹੁਣ ਕੀ ਸੂਬੇ ਭਰ ਦੇ ਵਿੱਚ ਅਜਿਹੇ ਪ੍ਰੋਟੈਸਟ ਸਾਡੇ ਚੱਲ ਰਹੇ ਆਲਰੇਡੀ? ਅਸੀਂ ਗੱਲ ਆਪਣੀ ਪਹੁੰਚਾ ਰਹੇ ਹਾਂ, ਸਰਕਾਰ ਤੱਕ ਪਹੁੰਚ ਰਹੀ ਹੈ। ਔਰ ਅਸੀਂ ਹੁਣ ਚੰਡੀਗੜ੍ਹ ਵਿਖੇ ਵੀ ਗੱਲ ਕੀਤੀ ਹੈ DGP ਸਾਹਿਬ ਤੱਕ ਵੀ, ਅਗਲੀ ਰਣਨੀਤੀ ਜੋ ਵੀ ਬਣੂਗੀ ਅਸੀਂ ਆਪਣੇ ਲੀਡਰਸ ਨੂੰ ਜਸਟਿਸ ਦਿਵਾਉਣਾ ਹੈ। ਉਹਨਾਂ ਦੀ ਗਲਤੀ ਕੀ ਹੈ ਕਿ ਪੰਜਾਬ ਦੇ ਮਸਲੇ ਚੱਕ ਰਹੇ ਨੇ, ਆਹ ਗਲਤੀ ਹੈ। ਓਪੋਜੀਸ਼ਨ ਦਾ ਰੋਲ ਵਧੀਆ ਨਿਭਾ ਰਹੇ ਨੇ, ਸਾਡੀ ਆਹ ਗਲਤੀ ਹੈ। ਸੋ ਇਹ ਸਾਰੀਆਂ ਗੱਲਾਂ ਨੇ, ਪੰਜਾਬ ਹੁਣ ਨਿਰੰਤਰ ਅਸੀਂ ਕਰਾਂਗੇ। ਔਰ ਇਕੱਲਾ ਇਹ ਨਹੀਂ, ਹਰ ਮਸਲੇ 'ਤੇ ਅਸੀਂ ਗੱਲ ਕਰਾਂਗੇ, ਜਿੱਥੇ ਪੰਜਾਬ ਦੀ ਬਿਹਤਰੀ ਹੈ ਉਹ ਗੱਲ ਕਰਾਂਗੇ। ਕੱਲ੍ਹ ਇੱਥੇ ਅਰਵਿੰਦ ਕੇਜਰੀਵਾਲ ਜੀ ਪੰਜਾਬ ਫੇਰੀ 'ਤੇ ਸੀਗੇ ਅਤੇ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਨਾਂ ਤਾਂ ਨਹੀਂ ਲਿੱਤਾ, ਅਤੇ ਲੇਕਿਨ ਉਹਨਾਂ ਨੇ ਕਿਹਾ ਕਿ ਵੱਡੇ ਲੀਡਰ ਨੂੰ ਜਿਹੜਾ ਕਿ ਨਸ਼ੇ ਦੇ ਕੇਸ ਦੇ ਵਿੱਚ, ਨਸ਼ੇ ਦੇ ਜਿਸ ਦੇ ਉੱਤੇ ਕੇਸ ਨੇ, ਉਸਨੂੰ ਅਸੀਂ ਅੰਦਰ ਕੀ ਨਸ਼ੇ 'ਤੇ ਠੱਲ ਪਈ ਹੈ। ਹਰ ਰੋਜ਼ ਕੋਈ ਨਾ ਕੋਈ ਖਬਰ ਆ ਰਹੀ ਹੈ ਕਿ ਸਾਡੇ ਨੌਜਵਾਨ ਡਰੱਗ ਓਵਰਡੋਜ਼ ਨਾਲ ਡੈਥ ਹੋ ਰਹੀ ਹੈ, ਹਰ ਰੋਜ਼ ਰਿਕਵਰੀਆਂ ਦੀ ਖਬਰਾਂ ਆ ਰਹੀਆਂ ਨੇ। ਨਸ਼ੇ ਦੇ ਜਿਹੜੇ ਸੁਖਪਾਲ ਖਹਿਰਾ ਸਾਹਿਬ ਦੇ ਅੰਦਰ ਜਾਣ ਨਾਲ ਜੇ ਨਸ਼ੇ 'ਤੇ ਠੱਲ ਪੈ ਰਹੀ ਹੈ, ਮੈਂ ਸਮਝਦਾ ਬੜੀ ਹਾਸੋਹੀਣ ਜੀ ਗੱਲ ਪੰਜਾਬ ਸਰਕਾਰ ਵੱਲੋਂ ਇਹ ਤਰਕ। ਔਰ ਕੇਜਰੀਵਾਲ ਸਾਹਿਬ, ਕਿਉਂਕਿ ਗੱਲ ਇਹ ਹੈ ਉਹਨਾਂ ਨੂੰ ਪੰਜਾਬ ਬਾਰੇ ਨਹੀਂ ਪਤਾ, ਉਹਨਾਂ ਨੂੰ ਸਿਰਫ ਰਾਜਨੀਤੀ, ਦਿੱਲੀ ਬੈਠੇ ਜੋ ਇਸ਼ਾਰਾ ਕਰ ਦਿੰਦੇ ਉਹ ਹੋ ਜਾਂਦਾ। ਸੋ ਇਹ ਦੁੱਖਦਾਈ ਗੱਲ, ਉਹਨਾਂ ਦਾ ਕਹਿਣਾ ਇਹ ਹੈ ਕਿ ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ ਕਿ ਉਹ ਨਸ਼ੇ ਦੇ ਜਿਹੜਾ ਸੌਦਾਗਰ ਹੈ ਉਸਦੇ ਸਾਥ ਹੈ ਜਾਂ ਉਸਦੇ ਖਿਲਾਫ ਹੈ। ਕਿੱਥੇ ਲਿਖਿਆ ਨਸ਼ੇ ਦਾ ਸੌਦਾਗਰ? ਨਾ ਖਹਿਰਾ ਸਾਹਿਬ ਦੇ FIR ਦੇ ਵਿੱਚ ਕੋਈ ਵੀ ਇਹੋ ਜਿਹਾ ਐਕੁਜ਼ੀਸ਼ਨ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਸੌਦਾਗਰ ਵਾਲੀ ਗੱਲ ਤਾਂ ਆਉਣੀ ਨਹੀਂ ਚਾਹੀਦੀ, ਗੱਲ ਤਾਂ ਇੰਨੀ ਕਿ ਪੰਜਾਬ ਦੇ ਲੋਕਾਂ ਨੂੰ ਆਹ ਪਤਾ ਲੱਗ ਗਿਆ ਕਿ ਇਹ ਕਾਂਗਰਸ ਪਾਰਟੀ ਦੇ ਲੀਡਰ ਓਪੋਜੀਸ਼ਨ ਦਾ ਚੰਗਾ ਰੋਲ ਨਿਭਾ ਰਹੇ ਆ, ਔਰ ਕਾਂਗਰਸ ਪਾਰਟੀ ਦੀ ਗੱਲ ਪੰਜਾਬ ਦੇ ਲੋਕਾਂ ਤੱਕ ਪਹੁੰਚ ਰਹੀ ਹੈ। ਇਸ ਤੋਂ ਘਬਰਾਹਟ ਦੇ ਵਿੱਚ ਇਹ ਪੰਜਾਬ ਪੁਲਿਸ ਨੇ ਔਰ ਪੰਜਾਬ ਸਰਕਾਰ ਨੇ ਇਹ ਸਟੈਪ ਚੱਕਿਆ।
तो इसी के साथ मोहित महिंद्रा जी जिन्होंने कहा कि पंजाब सरकार जिड़ी है वह लगातार कांग्रेसी आगुआ से बदलाखोरी के तहत राजनीति कर रही है। तो दूजे पास उन्होंने कहा कि जड़ा एक्शन किया गया उस कि भी यह स्पष्ट नहीं होया है कि सुखपाल सिंह खहरा जोड़े है वह नशे के कारोबार के नाल उन्हों का कोई संबंध है, बल्कि उन्होंने जान बुझ के जोड़ा है फसाया गया है। कैमरा परसन अमित पूजा वर्मा साझा टीवी चंडीगढ़।